ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਖਰੀਕਾ ਜਵਾਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਇੱਕ ਤਾਂ ਜਿਹੜੀ ਪਜੀ ਆਈ ਦੇ ਵਿੱਚ ਭਰਤੀ ਆਈ ਆ ਸਟੋਰ ਕੀਪਰ ਤੇ ਅਸਿਸਟੈਂਟ ਸੁਪਰਵਾਈਜ਼ਰ ਦੀ ਉਹਦੀ ਜਾਣਕਾਰੀ ਦਵਾਂਗੇ ਇਸ ਤੋਂ ਇਲਾਵਾ ਤਿੰਨ ਚਾਰ ਤਰ੍ਹਾਂ ਦੀਆਂ ਹੋਰ ਭਰਤੀਆਂ ਨੇ ਉਹਦੀ ਜਾਣਕਾਰੀ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੇ ਦਾਂਗੇ ਤੇ ਸਭ ਤੋਂ ਪਹਿਲਾਂ ਪਜੀਆਈ ਵਾਲੀ ਭਰਤੀ ਦੀ ਗੱਲ ਕਰਦੇ ਆ ਪਜੀਆਈ ਦੀ ਜਿਹੜੀ ਭਰਤੀ ਆ ਇਹ ਚੰਡੀਗੜ੍ਹ ਵਿਖੇ ਭਰਤੀ ਆ ਤੇ ਇਹਦੇ ਵਿੱਚ ਸਟੋਰ ਕੀਪਰ ਗਰੁੱਪ B ਤੇ ਅਸਿਸਟੈਂਟ ਸੁਪਰਵਾਈਜ਼ਰ ਲੌਂਡਰੀ ਗਰੁੱਪ C ਤਾਂ ਇਹ ਰੱਖੇ ਜਾਣੇ ਆ ਡਾਇਰੈਕਟਰ ਰਿਕਰੂਟਮੈਂਟ ਜੀ 11 2 2022 ਤੋਂ ਇਹਦੇ ਫਾਰਮ ਸਟਾਰਟ ਹੋ ਚੁੱਕਿਆ ਆ ਅਪਲਾਈ ਹੋਣੇ ਉਸ ਤੋਂ ਬਾਅਦ ਦੀ ਕਲੋਜ਼ਿੰਗ ਡੇਟ 10 ਮਾਰਚ 2022 ਆ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ 1500 ਰੁਪਏ ਫੀਸ ਆ ਜਨਰਲ OBC EWS ਲਈ 800 ਰੁਪਏ ਫੀਸਾ ਐਸ ਸੀ ਐਸਟੀ ਕੈਟਾਗਰੀ ਦੇ ਲਈ ਤੇ ਪੀ ਡਬਲਯੂ ਡੀ ਕੈਟਾਗਰੀ ਦੇ ਲਈ ਕੋਈ ਵੀ ਫੀਸ ਨਹੀਂ ਹੈ ਉਹ ਫਰੀ ਆਫ ਕਾਸਟ ਅਪਲਾਈ ਕਰ ਸਕਦੇ ਆ ਤੇ ਮੋਡ ਆਫ ਪੇਮੈਂਟ ਆਨਲਾਈਨ ਤੁਸੀਂ ਫੀਸ ਪੇ ਕਰਨੀ ਹੈ ਆਨਲਾਈਨ ਹੀ ਫਾਰਮ ਤੁਹਾਡਾ ਇਹ ਫਿਲ ਹੋਣਾ ਹੈ ਤੇ ਅੱਗੇ ਕੁਝ ਹੋਰ ਇਹਦੇ ਚ ਬੰਦੀ ਇਨਸਟਰਕਸ਼ਨਸ ਵੀ ਦਿੱਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਤੁਹਾਡਾ ਸੀਬੀਟੀ ਜਿਹੜਾ ਮੋੜ ਦੇ ਵਿੱਚ ਐਗਜ਼ਾਮ ਇਹਦਾ ਹੋ ਸਕਦਾ ਉਹ ਫਰਦਰ ਤੁਹਾਨੂੰ ਇਹ ਅਪਡੇਟ ਕਰੂੰਗੀ ਵੈਬਸਾਈਟ ਤੇ ਦੀ ਵੈਬਸਾਈਟ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਚ ਦਵਾਂਗੇ ਅਪਲਾਈ ਕਰਨ ਦਾ ਵੀ ਲਿੰਕ ਦਵਾਂਗੇ ਇਸ ਤੋਂ ਲਵਰ ਨੋਟੀਫਿਕੇਸ਼ਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲਰੇਗਾ ਤੇ ਅੱਗੇ ਆਪਾਂ ਦੇਖਦੇ ਹਾਂ ਦੋਸਤੋ ਇਹਦੀ ਡਿਟੇਲ ਤੇ ਇਹਦੇ ਵਿੱਚ ਸਟੋਰ ਕੀਪਰ ਲੈਵਲ 6 ਅਕੋਰਡਿੰਗ ਤੁਹਾਨੂੰ ਸੈਲਰੀ ਮਿਲਣੀ ਆ 35400 ਤੋਂ ਲੈ ਕੇ 112400 ਦਾ ਤੋਂ ਦਾ ਹੀ ਪੇ ਸਕੇਲ ਹੈ ਪੇ ਮੈਟ੍ਰਿਕਸ ਹੈ ਤੇ ਇਹਦੀ ਗਰੁੱਪ ਬੀ ਦੀ ਇਹ ਸਰਵਿਸ ਆ 18 ਤੋਂ 30 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਆ ਨੌ ਪੋਸਟਾਂ ਇਹਦੇ ਚ ਚਾਰ ਜਨਰਲ ਦੋ ਐਸਸੀ ਕੈਸਟੀ ਦੋ ਆਬੀਸੀ ਤੇ ਇਨਕਲੂਡਿੰਗ ਵਨ ਪੋਸਟ ਰਿਜ਼ਰਵਡ ਫॉर ਪੀਡਬਲਿਟੀ ਤੇ ਇਹਦੇ ਲਈ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਬੈਚਲਰ ਡਿਗਰੀ ਤੁਸੀਂ ਕੀਤੀ ਹੋਵੇ ਜਾਂ ਤਾਂ ਮੈਥਸ ਦੇ ਵਿੱਚ ਜਾਂ ਇਕਨੋਮਿਕਸ ਦੇ ਵਿੱਚ ਜਾਂ ਫਿਰ ਕਮਰਸ ਦੇ ਵਿੱਚ ਜਾਂ ਫਿਰ ਸਟੈਟਿਸਟਿਕਸ ਦੇ ਵਿੱਚ ਠੀਕ ਹੈ ਧਿਆਨ ਨਾਲ ਨੋਟ ਕਰ ਲਓ ਮੈਥ ਇਕਨੋਮਿਕਸ ਕਮਰਸ ਸਟੈਟਿਸਟਿਕਸ ਇਹਦੇ ਵਿੱਚੋਂ ਕਿਸੇ ਵੀ ਇੱਕ ਫੀਲਡ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਇਹ ਨਹੀਂ ਹੈ ਕਿ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਇੱਕ ਸਬਜੈਕਟ ਪੜ੍ਹਿਆ ਹੋਵੇ ਗ੍ਰੈਜੂਏਸ਼ਨ 'ਚ ਠੀਕ ਆ ਉਸ ਦੇ ਨਾਲ ਐਂਡ ਐਂਡ ਲਿਖਿਆ ਮਤਲਬ ਦੋਨੋਂ ਕੁਆਲਿਫੀਕੇਸ਼ਨ ਤੁਹਾਡੇ ਲਈ ਜ਼ਰੂਰੀ ਹੈ ਸੈਕੰਡ ਦੇ ਨਾਲ ਲਿਖਿਆ ਕਿ ਜਾਂ ਤਾਂ ਤੁਸੀਂ ਐਮਬੀਏ ਕੀਤੀ ਹੋਵੇ ਇਹਦੇ ਨਾਲ ਬੈਚਲਰ ਡਿਗਰੀ ਦੇ ਨਾਲ ਠੀਕ ਆ ਇਹਨਾਂ ਦੇ ਵਿੱਚ ਇਹਨਾਂ ਫੀਲਡਸ ਦੇ ਵਿੱਚ ਬੈਚਲਰ ਡਿਗਰੀ ਦੇ ਨਾਲ ਤੁਸੀਂ ਜਾਂ ਐਮਬੀਏ ਕੀਤੀ ਹੋਵੇ ਜਾਂ ਫਿਰ ਪੋਸਟ ਗ੍ਰੈਜੂਏਟ ਤੁਸੀਂ ਹੋਣੇ ਚਾਹੀਦੇ ਹੋ ਇਨ ਮੈਥ ਔਰ ਇਕਨੋਮਿਕਸ ਔਰ ਕਮਰਸ ਔਰ ਸਟੈਟਿਸਟਿਕਸ ਔਰ ਫਾਈਨਾਂਸ ਇਹਨਾਂ ਦੇ ਵਿੱਚੋਂ ਕਿਸੇ ਇੱਕ 'ਚ 50% ਤੁਹਾਡੇ ਮਾਰਕਸ ਹੋਣੇ ਚਾਹੀਦੇ ਆ ਘੱਟੋ-ਘੱਟ ਤੇ ਅੱਗੇ ਗੱਲ ਕਰੀਏ ਅਸਿਸਟੈਂਟ ਸੁਪਰਵਾਈਜ਼ਰ ਲਾਂਡਰੀ ਦੇ ਲਈ ਲੈਵਲ 4 ਦੇ ਅਕੋਰਡਿੰਗ ਤੁਹਾਨੂੰ ਇਹ ਸੈਲਰੀ ਮਿਲਣੀ ਆ 25500 ਤੋਂ 81400 ਦੀ ਪੇ ਮੈਟ੍ਰਿਕਸ ਹੈ ਦਾ ਤੇ ਗਰੁੱਪ ਸੀ ਦੀ ਇਹ ਪੋਸਟ ਹੈ 18 ਤੋਂ 30 ਸਾਲ ਏਜ ਆ ਇੱਕ ਪੋਸਟ ਆ ਜਨਰਲ ਕੈਟਾਗਰੀ ਦੇ ਲਈ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ 10ਵੀਂ ਪਾਸ ਹੋਣੇ ਚਾਹੀਦੇ ਹੋ ਉਦੇ ਨਾਲ ਤੁਹਾਡੇ ਕੋਲ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ ਮਕੈਨੀਕਲ ਇੰਜੀਨੀਅਰਿੰਗ ਦਾ ਤੇ ਉਹਦੇ ਨਾਲ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਨ A ਰਿਪਿਊਟਡ ਮਕੈਨੀਕਲ ਲਾਂਡਰੀ ਇਨਕਲੂਡਿੰਗ ਪ੍ਰੈਕਟੀਕਲ ਐਕਸਪੀਰੀਅੰਸ ਆਫ ਹੈਂਡਲਿੰਗ ਮੇਨਟੇਨਿੰਗ ਐਂਡ ਰਿਪੇਅਰਿੰਗ ਆਫ ਲਾਂਡਰੀ ਇਕੁਪਮੈਂਟ ਐਂਡ ਨੋਲੇਜ ਆਫ ਸਟੋਰਸ ਅਕਾਊਂਟਿੰਗ ਉਸ ਤੋਂ ਇਲਾਵਾ ਡਿਜ਼ਾਇਰੇਬਲ ਹੈ ਕਿ ਐਕਸਪੀਰੀਅੰਸ ਇਨ ਡਰਾਈ ਕਲੀਨਿੰਗ ਬਾਇ ਮਸ਼ੀਨਜ਼ ਡਰਾਈ ਕਲੀਨਿੰਗ ਦਾ ਤੁਹਾਨੂੰ ਤਜਰਬਾ ਹੋਣਾ ਚਾਹੀਦਾ ਐਕਸਪੀਰੀਅੰਸ ਆਫ ਹੈਂਡਲਿੰਗ ਲਾਰਜ ਨੰਬਰ ਆਫ ਫੈਕਟਰੀ ਵਰਕਰ ਐਂਡ ਮੇਨਟੇਨਿੰਗ ਰਿਕਾਰਡਸ ਰਿਕਾਰਡਸ ਵਗੈਰਾ ਮੈਂਟੇਨ ਕਰਨ ਦਾ ਵੀ ਤਜਰਬਾ ਤੁਹਾਡੇ ਕੋਲ ਹੋਣਾ ਚਾਹੀਦਾ ਤਾਂ ਐਸੀ ਪੋਸਟ ਆ ਅੱਗੇ ਇਹਨਾਂ ਨੇ ਦੱਸਿਆ ਕਿ ਆਊਟ ਆਫ 9 ਪੋਸਟਸ ਆਫ ਸਟੋਰ ਕੀਪਰ 3 ਪੋਸਟਸ 1 ਫਾਰ ओबीसी एससी एसटी आर ਬੈਕਲੌਗ ਕੈਰੀਡ ਫਾਰਵਰਡ ਵੈਕੈਂਸੀਸ ਇਹ 10 ਪੋਸਟਸ ਨੇ ਬੈਕਲੌਗ ਦੀਆਂ ਨੇ ਠੀਕ ਆ ਬਾਕੀ ਜਿਹੜੀਆਂ ਫਰੈਸ਼ ਨੇ ਉਸ ਤੋਂ ਇਲਾਵਾ ਅੱਗੇ ਪੀਡਬਲਯੂਡੀ ਦੇ ਵੀ ਇਨਸਟਰਕਸ਼ਨਸ ਦੇ ਵਿੱਚ ਦਿੱਤੀਆਂ ਗਈਆਂ ਨੇ ਤੁਸੀਂ ਚੈੱਕ ਕਰ ਲੈਣੀਆਂ ਨੇ ਤੇ ਜਿਹੜੀ ਕ੍ਰੂਸ਼ੀਅਲ ਡੇਟ ਆ ਭਾਵ ਕਿ ਕੁਆਲੀਫਿਕੇਸ਼ਨ ਤੁਹਾਡੀ 10 ਤੰ 2022 ਤੱਕ ਪੂਰੀ ਹੋਣੀ ਚਾਹੀਦੀ ਹੈ ਤੁਹਾਡੇ ਹੱਥ ਸਰਟੀਫਿਕੇਟ ਹੋਣਾ ਚਾਹੀਦਾ ਏਜ ਰੈਲੈਕਸੇਸ਼ਨ ਦੀ ਗੱਲ ਕਰਦੇ ਹਾਂ ਕਿ ਅਪਰ ਏਜ ਲਿਮਿਟ ਸ਼ੈਲ ਬੀ ਡਿਟਰਮਾਈਨਡ ਔਨ ਲਾਸਟ ਡੇਟ ਆਫ ਸਬਮਿਸ਼ਨ ਆਫ ਔਨਲਾਈਨ ਅਪਲੀਕੇਸ਼ਨ ਜਿਹੜੀ ਤੁਹਾਡੀ ਅਪਰ ਏਜ ਲਿਮਿਟ ਆ ਉਹ 10 ਤੰ 2022 ਦੇ ਅਕੋਰਡਿੰਗ ਤੁਹਾਡੀ ਇਹ ਮੰਨੀ ਜਾਣੀ ਹੈ ਠੀਕ ਹੈ ਜੀ ਤੇ ਐਸਸੀਐਸਟੀ 5 ਸਾਲ ਦੀ ਏਜ ਰੈਲੈਕਸੇਸ਼ਨ ਆ OBC 3 ਸਾਲ ਦੀ ਆ PWD 10 ਸਾਲ ਦੀ ਆ PWD SC 15 ਦੀ ਆ PWD OBC 13 ਸਾਲ ਦੀ ਏਜ ਰੈਲੈਕਸੇਸ਼ਨ ਆ ਤੇ ਉਸ ਤੋਂ ਬਾਅਦ ਅੱਗੇ ਸਿਲੈਕਸ਼ਨ ਪ੍ਰੋਸੈਸ ਦੀ ਇਹਦੀ ਗੱਲ ਕਰੀਏ ਤਾਂ ਐਗਜ਼ਾਮ ਹੋਣਾ ਜਿਹੜਾ ਤੁਹਾਡਾ ਉਹਦੇ ਚ 100 ਤੁਹਾਡੇ MCQ ਆਉਣੇ ਆ 100 ਮਿੰਟਸ ਦਾ ਹੋਏਗਾ 100 ਮਾਰਕਸ ਹੋਣਗੇ ਠੀਕ ਹੈ ਜੀ ਐਦਾਂ ਦਾ ਤੁਹਾਡਾ ਇਹ ਪੇਪਰ ਦਾ ਕ੍ਰਾਈਟੇਰੀਆ ਰਹਿਣ ਵਾਲਾ ਤੇ ਕੰਪਿਊਟਰ ਬੇਸਡ ਹੋਣਾ ਇਹ ஆன்ਲਾਈਨ ਐਗਜ਼ਾਮ ਹੋਣਾ ਤੁਹਾਡਾ 40% ਮਿਨੀਮਮ ਮਾਰਕਸ ਹੋਣਗੇ ਜਨਰਲ ਕੈਟਾਗਰੀ ਦੇ ਲਈ ਨੂੰ ਕੁਆਲੀਫਾਈ ਕਰਨ ਦੇ ਲਈ ਤੇ ਸਿਰਫ ਇਹ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਤੁਹਾਡਾ ਪੇਪਰ ਆਏਗਾ ਠੀਕ ਹੈ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਐਮਸੀਕਿਊ ਫਾਰਮੈਟ ਦੇ ਵਿੱਚ ਹੋਏਗਾ ਐਗਜ਼ਾਮੀਨੇਸ਼ਨ ਸਿਟੀਆਂ ਵੀ ਇਹਦੇ ਵਿੱਚ ਦਿੱਤੀਆਂ ਨੇ ਤੇ ਇੱਕ ਕੁਐਸਚਨ ਇੱਕ ਨੰਬਰ ਦਾ ਹੋਏਗਾ 네ਗੇਟਿਵ ਮਾਰਕਿੰਗ ਹੋਏਗੀ 0.25 ਦੀ ਠੀਕ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਉਸ ਤੋਂ ਬਾਅਦ ਤਿੰਨ ਗੁਣਾ ਕੈਂਡੀਡੇਟ ਜਿਹੜੇ ਸ਼ਾਰਟਲਿਸ ਕੀਤੇ ਜਾਣਗੇ ਇਹਦੇ ਵਿੱਚੋਂ ਠੀਕ ਆ ਅੱਗੇ ਜੋ ਵੀ ਇਹਨਾਂ ਦੀ ਡੀਵੀ ਵਗੈਰਾ ਹੁੰਦੀ ਹੈ ਤੇ ਉਸ ਤੋਂ ਬਾਅਦ ਹੋਰ ਵੀ ਇਹਦੇ ਵਿੱਚ ਇਨਸਟਰਕਸ਼ਨ ਦਿੱਤੀਆਂ ਨੇ ਇਹ ਵੀ ਤੁਸੀਂ ਧਿਆਨ ਨਾਲ ਦੇਖ ਲੈਣੀਆਂ ਵੈਸੇ ਮੇਨ ਮੇਨ ਇਨਸਟਰਕਸ਼ਨ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਨੇ ਤੇ ਐਗਜ਼ਾਮ ਜਿਹੜਾ ਇਹਦਾ ਕਿੱਥੇ ਕਿੱਥੇ ਹੋ ਸਕਦਾ ਜਿਹੜਾ ਪੰਜਾਬ ਦੇ ਨੇ ਲੈ ਗੱਲ ਕਰੀਏ ਤਾਂ ਅੰਮ੍ਰਿਤਸਰ ਚੰਡੀਗੜ੍ਹ ਮੁਹਾਲੀ ਠੀਕ ਆ ਉਸ ਤੋਂ ਬਾਅਦ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਲਈ ਐਗਜ਼ਾਮ ਇਹ ਹੋਣ ਵਾਲਾ ਉਸ ਤਰ੍ਹਾਂ ਆਲ ਇੰਡੀਆ ਬੇਸਿਸ ਤੇ ਵੀ ਹੈ ਇਹ ਐਗਜ਼ਾਮ ਕਿਉਂਕਿ ਜਿਹੜੀ ਪੀਜੀਆਈ ਦੀ ਭਰਤੀ ਹੁੰਦੀ ਹੈ ਇਹ ਆਲ ਇੰਡੀਆ ਬੇਸਿਸ ਦੇ ਹੀ ਹੁੰਦੀ ਹੈ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਤੇ ਕੁਝ ਨਹੀਂ ਪਤਾ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਅੱਗੇ ਆਪਾਂ ਬਾਕੀ ਭਰਤੀਆਂ ਦੇਖਦੇ ਹਾਂ ਇੱਕ ਭਰਤੀ ਇਹ ਆਈ ਆ ਦੋਸਤੋ ਸਪਿਕ ਦੀ ਭਰਤੀ ਹੈ ਇਹ ਤਾਂ ਸਪਿਕ ਆ ਜਿਹੜਾ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਆਈਟੀ ਇਨ ਚੰਡੀਗੜ੍ਹ ਇਹ ਇੱਕ ਅਰਦਾਰਾ ਠੀਕ ਆ ਬੇਸਿਕਲੀ ਇਹ ਇੱਕ ਕੰਪਨੀ ਹੈ ਤੇ ਇਹ ਜਿਹਨੇ ਵੀ ਚੰਡੀਗੜ੍ਹ ਦੇ ਵਿੱਚ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਜਿੰਨੇ ਪ੍ਰੋਜੈਕਟ ਚੱਲ ਰਹੇ ਨੇ ਚਾਹੇ ਉਹ ਕੋਈ ਪੀਐਸਪੀਸੀ ਕੋਈ ਬਿਜਲੀ ਬੋਰਡ ਦੇ ਰਿਲੇਟਡ ਪ੍ਰੋਜੈਕਟ ਆ ਜਾਂ ਕੋਈ ਹੋਰ ਪੀਡਬਲਯੂਡੀ ਦਾ ਕੋਈ ਪ੍ਰੋਜੈਕਟ ਆ ਠੀਕ ਹੈ ਮਤਲਬ ਸਰਕਾਰੀ ਵਿਭਾਗਾਂ ਦੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਪ੍ਰੋਜੈਕਟ ਤੋਂ ਭਾਵ ਹੈ ਕਿ ਇਹਨਾਂ ਨੂੰ ਕੰਟ੍ਰੈਕਟ ਉਹਦਾ ਮਿਲਿਆ ਹੋਇਆ ਸਪੈਕ ਨੂੰ ਠੀਕ ਹੈ ਇਹ ਮੈਨਪਾਵਰ ਉਹਨਾਂ ਵਿਭਾਗਾਂ ਦੇ ਵਿੱਚ ਪ੍ਰੋਵਾਈਡ ਕਰਦੇ ਨੇ ਤਾਂ ਉਹਦੇ ਵਿੱਚ ਉਹਨਾਂ ਹੀ ਪ੍ਰੋਜੈਕਟਸ ਦੇ ਵਿੱਚ ਇਹਨਾਂ ਨੇ ਆਈਟੀਐਸ ਮੈਨੇਜਰ ਕਲਰਕ ਕਮ ਫੀਲਡ ਇਨਵੈਸਟੀਗੇਟਰ ਇਹਨਾਂ ਨੇ ਰੱਖਣੇ ਆ ਤੇ ਇਹਦੇ ਸਬੰਧੀ ਤੁਸੀਂ ਇਹਨਾਂ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ www.spicindia.com ਲਾਸਟ ਡੇਟ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ 25/02/2022 ਸਾਰਾ ਕੁਝ ਤੁਹਾਨੂੰ ਇਹਦੀ ਵੈਬਸਾਈਟ 'ਤੇ ਮਿਲ ਜਾਏਗਾ ਜਿੱਥੇ ਜਾ ਕੇ ਤੁਸੀਂ ਨੂੰ ਅਪਲਾਈ ਕਰ ਸਕਦੇ ਹੋ ਤੇ ਨੈਕਸਟ ਇੱਕ ਜੇ ਗੱਲ ਕਰੀਏ ਇੰਡੀਅਨ ਕੋਸਟ ਗਾਰਡ ਦੀ ਇਹ ਭਰਤੀ ਆਈ ਹੈ ਠੀਕ ਹੈ ਇਹਦੇ ਵਿੱਚ ਅਸਿਸਟੈਂਟ ਕਮਾਂਡੈਂਟ ਦੀਆਂ ਇਹ ਪੋਸਟਾਂ ਨੇ 1/2023 ਬੈਚ ਨੰਬਰ ਹੈ ਠੀਕ ਹੈ ਇਦੇ ਲਈ ਤੁਸੀਂ ਉਹਦੀ ਵੈਬਸਾਈਟ ਹੈਰੀ joinindiancoastguard.cdec.in ਤੇ ਜਾ ਕੇ ਅਪਲਾਈ ਕਰ ਸਕਦੇ ਹੋ 18 ਫਰਵਰੀ 2022 ਤੋਂ 28 ਫਰਵਰੀ 2022 ਤੱਕ ਅਪਲਾਈ ਕਰ ਸਕਦੇ ਹੋ ਸਾਰਾ ਕੁਝ ਤੁਹਾਨੂੰ ਉਹਦੀ ਵੈਬਸਾਈਟ ਤੇ ਹੀ ਮਿਲ ਜੇਗਾ ਤੇ ਲਾਸਟ ਡੇਟ ਦੀ ਕਾਫੀ ਘੱਟ ਹੁੰਦੀ ਅਸਲੀ ਪਹਿਲਾਂ ਹੀ ਅਪਲਾਈ ਕਰ ਦੇਣਾ ਤੁਸੀਂ ਲਾਸਟ ਡੇਟ ਦੀ ਵੇਟ ਨਹੀਂ ਕਰਨੀ ਉਸ ਤੋਂ ਇਲਾਵਾ ਇੱਕ ਪੋਸਟ ਹੋਰ ਜਿਹੜੀ ਜ਼ਰੂਰੀ ਆ ਦੱਸਣੀ ਤੁਹਾਨੂੰ ਇਹ ਹੈ ਆਈ ਹੈ ਜੀ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਦੇ ਲਈ ਠੀਕ ਹੈ ਇਥੇ ਨਾਨ ਟੀਚਿੰਗ ਸਟਾਫ ਤੇ ਟੀਚਿੰਗ ਸਟਾਫ ਜਿਹੜਾ ਇਹ ਚ ਰੱਖਿਆ ਜਾਣਾ ਸੌਰੀ ਨਾਨ ਟੀਚਿੰਗ ਸਟਾਫ ਰੱਖਿਆ ਜਾਣਾ ਸੈਸ਼ਨ 2022-23 ਦੇ ਲਈ ਤੇ ਇਹਦੇ ਵਿੱਚ ਆਈਟੀ ਸੁਪਰਵਾਈਜ਼ਰ ਲਾਇਬ੍ਰੇਰੀਅਨ ਅਕਾਊਂਟੈਂਟ ਯੂਡੀਸੀ ਰਿਸੈਪਸ਼ਨਿਸਟ ਕੰਪਿਊਟਰ ਲੈਬਾਰਟਰੀ ਟੈਕਨੀਸ਼ੀਅਨ ਸਾਇੰਸ ਲੈਬਾਰਟਰੀ اٹੈਂਡੈਂਟ ਪੈਰਾਮੈਡਿਕ ਫੀਮੇਲ ਤਾਂ ਇਹਦੇ ਵਿੱਚ ਪੋਸਟਾਂ ਨੇ ਇਹਦਾ ਜਿਹੜਾ ਇਹ ਪਿਕਚਰ ਆ ਇਹ ਅਸੀਂ ਆਪਣੇ ਟੈਲੀਗ੍ਰam ਚੈਨਲ ਤੇ ਅਪਡੇਟ ਕੀਤੀ ਹੋਇਆ ਜਿੱਥੇ ਜਾ ਕੇ ਤੁਸੀਂ ਤਮਾਮ ਪੋਸਟਾਂ ਦੀ ਕੁਆਲਿਫੀਕੇਸ਼ਨ ਚੈੱਕ ਕਰ ਸਕਦੇ ਹੋ ਤੇ ਨੀਚੇ ਇਹਦੇ ਸੰਬੰਧੀ ਜਾਣਕਾਰੀ ਵੀ ਦਿੱਤੀ ਆ ਕੀ ਲਾਸਟ ਡੇਟ ਹੈ ਦੀ 28 ਫਰਵਰੀ 2022 ਤੱਕ ਤੁਹਾਡਾ ਫਾਰਮ ਉੱਥੇ ਪਹੁੰਚਣਾ ਚਾਹੀਦਾ ਤੇ ਐਡਰੈਸ ਵੀ ਦਿੱਤਾ ਆਰਮੀ ਪਬਲਿਕ ਸਕੂਲ ਨੀਅਰ ਆਰਮੀ ਰਿਕਰੂਟਿੰਗ ਆਫਿਸ ਫਿਰੋਜ਼ਪੁਰ ਕੈਂਡ 152001 ਪਿੰਨ ਕੋਡ ਹੈ ਜੀ ਇਹਦਾ ਤੇ ਉਸ ਤੋਂ ਇਲਾਵਾ ਫਾਰਮ ਆ ਜਿਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਇੱਕ ਡਰਾਫਟ ਤੁਸੀਂ ਬਣਵਾ ਲੈਣਾ ਤੇ ਡਰਾਫਟ ਬਣਵਾਉਣਾ ਕਿਸ ਨਾਮ ਤੇ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਨਾਮ ਤੇ ਬਣਾਉਣਾ ਪੇਬਲਟ ਫਿਰੋਜ਼ਪੁਰ ਹੋਵੇ ਜਿਹੜਾ ਤੁਸੀਂ ਫਾਰਮ ਦੇ ਨਾਲ ਭੇਜੋਗੇ ਤੇ ਫਾਰਮਰ ਦੀ ਵੈਬਸਾਈਟ ਤੋਂ ਹੀ ਮਿਲ ਜੇਗਾ ਠੀਕ ਹੈ ਜੀ ਤੇ ਇਹ ਵੀ ਤੁਸੀਂ ਪੋਸਟ ਅਪਲਾਈ ਕਰ ਸਕਦੇ ਹੋ ਜਿਹ ਅਲਿਜੀਬਲ ਕੈਂਡੀਡੇਟ ਹੈਗੇ ਹਨ ਪੋਸਟਾਂ ਦੇ ਲਈ ਦੀ ਵੈਬਸਾਈਟ ਦਾ ਐਡਰੈਸ ਹੈ www.apsfrozpor.com ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਚ ਹੈ ਜਿਹਨੇ ਹਾਲੇ ਤੱਕ ਜੁਆਇਨ ਨਹੀਂ ਕੀਤਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦਾ ਤੇ ਬਾਕੀ ਦੀ ਅਪਡੇਟਸ ਲਈ ਸਾਡਾ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ